ਦੋ ਮਿਸਤਰੀ ਲੱਗ ਰਹੇ ਹੁਣ ਤਾਂ। ਹਾਂ ਕਰਦਾ ਉਧਰ ਆ ਸਾਂਝ ਇਧਰ ਆ। ਹਾਂਜੀ ਮੈਂ ਜਾਇਆ ਭਾਈ ਸਾਰੇ ਘਰਾਂ ਦੇ। ਠੀਕ ਹੈ ਜੀ। ਸਾਰੇ ਘਰਾਂ ਦੇ ਕਹਿ ਉਧਰ ਮਕੰਦੇ ਕੇ ਕੀ ਆਲੇ ਬਾਬੇ ਕੇ ਕੀ ਉਰੇ ਵਾਲੇ ਆਲੇ ਬਾਬੇ ਕੇ ਕੀ ਤੇ ਸਾਰੇ ਪਿੰਡ ਵਾਲਿਆਂ ਦੇ ਹੱਟ ਵਾਲਿਆਂ ਦੇ ਸਾਰੇ ਘਰਾਂ ਦੇ ਇੰਨਾ ਕਹਿੰਦਾ ਹੋਇਆ ਖੇਵਾਂ ਦਾ ਜਾਚਕਾਂ ਭਾਈ। ਆਪਦੀ ਜ਼ਿੰਮੇਵਾਰੀ ਰੱਖਦੇ ਨੇ ਦੁੱਧ ਦੱਧ ਨੂੰ ਇਹ ਆਪ ਹੀ ਕਹੇ ਆਉਂਦੇ ਨੇ। ਕੋਈ ਨਾ ਭਾਈ ਕਹਿ ਦਿੰਦਾ ਮੈਂ ਕੋਕੇ ਛੱਡ ਕੇ ਆਊਂਗਾ ਕਾਸੇ ਦੀ ਲੋੜ ਨੀ। ਤੇ ਚਲੋ ਚਾਚਾ ਜੀ ਕਹੇ ਆ ਹੁਣ ਰੋਟੀ ਬਣਾਉਣ ਲੱਗੀ ਆ। ਮੈਂ ਰੋਟੀ ਰੁਟੀ ਖਾਂਦੇ ਆ ਕੇ ਕਰਦੇ ਆ ਤਿਆਰੀਆਂ। ਫਿਰ ਆਪਾਂ ਕੀ ਲਿਆਏ ਨਾਲ ਹਰੀਆਂ ਮਿਰਚਾਂ ਭਰਿੰਡੀਆਂ ਲਾਟਰ ਪਾਟਰ ਖਾਸ ਹੈ ਖੱਖੜੀਆਂ ਵੀ ਨੇ। ਅਗਲਾ ਐ ਨੀ ਕਹਿ ਸਕਦਾ ਵੀ ਕੀ ਇੱਥੇ ਖੱਖੜੀਆਂ ਲੈਣਾ। ਰੋਟੀ ਬਣਦੀ ਹੈ ਕਿ ਚਾਹ ਪੀਣੀ ਹੈ ਪਹਿਲਾਂ? ਆਪਾਂ ਆਪ ਵੀ ਕਹਿ ਕੇ ਆਵਾਂਗੇ ਜਿਹੜੇ ਆਪਣੇ ਮੇਨ ਮੇਨ ਨੇ ਸਾਰੇ। ਕੋਈ ਗੱਲ ਚੱਲੀ ਮੇਰੇ ਨਾਲ ਹੈ ਨਾ ਤੂੰ ਸਿੱਖ ਜਾਏਗਾ ਵੀ ਕਿਵੇਂ ਕਹਿਣੀ ਹੁੰਦੀ। ਠੀਕ ਹੈ ਜਿਹੜੇ ਆਪਾਂ ਨੂੰ ਘਰਾਂ ਕਹਿ ਕੇ ਆਪਾਂ ਉਹਨੂੰ ਗਿਆ ਆਵਾਂਗੇ। ਸਾਡੇ ਤੇ ਇਹ ਵਹੀ ਰਿਵਾਜ਼ ਹੈ ਵੀ ਉਹ ਆਪ ਨਹੀਂ ਕਹਿ ਕੇ ਗਏ ਆਪ ਹੀ ਜਿਨ੍ਹਾਂ ਦੇ ਅਲੱਗ ਜਾਂਦਾ ਉਹਨਾਂ ਦੇ ਆਪ ਹੀ ਕਹਿਣਾ ਪੈਂਦਾ। ਹੁਣ ਚਾਚੇ ਦੀ ਡਿਊਟੀ ਮੇਰਾ ਇਹਨਾਂ ਨੇ ਸਾਰਿਆਂ ਨੇ ਕਹਿਣਾ। ਕੁਛ ਐਸੇ ਘਰ ਨੇ ਜਿਨ੍ਹਾਂ ਨੇ ਦੋ ਵਾਰੀ ਕਹਿਣਾ ਪੈਂਦਾ ਘਰ ਦੇ ਬੰਦੇ ਨੇ ਲੀਕ ਕਰ ਦਿੰਦੇ। ਕੀ ਕਰੀਏ ਬਾਹਰ ਹੀ ਮੁੱਝੇ ਪੈਣ ਜਾ ਹੀ ਨਹੀਂ ਜਾਂਦਾ ਬਾਹਰ ਹੀ ਜ਼ਿਆਦਾ ਕੰਮ ਹੋਏ ਪੈਣੇ। ਹੁਣ ਦੋ ਦਿਨ ਕੱਪੜਿਆਂ ਦਾ ਕੰਮ ਵੀ ਖੜੂ ਅੱਜ ਅਸੀਂ ਪਾਸ ਕੱਢਦੀ ਹੈ। ਮੈਂ ਵੀਡੀਓ ਪਾ ਕੇ ਦੱਸਦਾ ਭਾਈ ਦੋ ਦਿਨ ਵੇਟ ਕਰ ਲਿਓ ਕਿਉਂਕਿ ਕੱਲ੍ਹ ਨੂੰ ਨਹੀਂ ਪਾਰਸਲ ਪੂਰਸਲ ਨਿਕਲੇ ਨਾ ਪਰਸੋਂ ਨੂੰ ਤਾਂ ਨਿਕਲਣੀ ਕਿ ਫਿਰ ਚੌਥੇ ਦੁਬਾਰੇ ਕੰਮ ਸਟਾਰਟ ਕਰਾਂਗੇ। ਅੱਜ ਜਿੰਨੇ ਪਾਰਸਲ ਜਾਂਦੇ ਨੇ ਮੈਂ ਮੈਸੇਜ ਰਿਪਲਾਈ ਕਰਕੇ ਕਰ ਦਿੰਦੀ ਹਾਂ ਜਿੰਨਾ ਕੁ ਮੈਨੂੰ ਟਾਈਮ ਲੱਗੂਗਾ। ਮੈਂ ਢਿੱਡ ਭਰ ਗਿਆ ਮੇਰਾ ਤਾਂ ਦੋ ਕਿਲੋ ਦਾ ਬਣਾਇਆ ਸੀ ਮੈਨੇ ਬਣਾਉਣਾ ਜੀ ਇਹਦਾ ਜਿੱਦੇ ਦਾ ਬਲੈਂਡਰ ਜਿਹਾ ਆਇਆ ਹੈਗਾ ਇਹਨੂੰ ਤਾਂ ਮੌਜ ਹੋਈ ਪਈ ਆ ਆਪਦੇ ਯੋਗਾ ਬਣਾ ਕੇ ਉਹਦੀ ਮਿੰਟ 'ਚ ਪੀ ਦੁੱਧ ਘੱਟ ਆਪਣੇ ਦੁੱਧ ਨਹੀਂ ਆਏਗਾ ਨੌਵੇਂ ਮਹੀਨੇ 'ਚ ਤਾਂ ਫਿਰ ਦੂਜੀ ਵੀ ਸੂਪ ਦਸ ਮਹੀਨੇ ਦੂਜੀ ਵੀ ਸੂਪ ਫਿਰ ਤਾਂ ਹੋ ਜੂ ਦੋ ਮਹੀਸਾਂ ਦੇਣਗੀਆਂ ਹੁਣ ਹੀ ਵੱਧ ਲੋੜ ਹੁਣ ਘਾਟੀਆਂ ਮਾਸਟਰ ਜੀ ਨਹੀਂ ਲੈਣ ਦਿੰਦੇ ਕਹਿੰਦੇ ਰਹਿਣ ਦੇ ਸਾਂਭਣੀਆਂ ਔਖੀਆਂ ਨੇ ਗਰਮੀ ਦਾ ਮਹੀਨਾ ਹੈਗਾ ਸਾਡੇ 10 ਹੋ ਗਏ ਪਾਣੀ ਧਰ ਕੇ ਆਈ ਸੀ ਮੈਂ ਚਲੋ ਆਪਾਂ ਚਾਹ ਪੱਤੀ ਪਾ ਦਈਏ। ਕੱਲ ਮੌਸਮ ਠੀਕ ਰਿਹਾ ਪਰਸੋਂ ਹਨੇਰੀ ਆਈ ਕਈ ਜਗ੍ਹਾ ਤੇ ਮੀਂਹ ਵੀ ਪੈ ਗਿਆ ਪਤਾ ਨਹੀਂ ਤਾਂ ਫਰਕ ਸੀ ਕੱਲ ਠੀਕ ਰਿਹਾ ਮੌਸਮ ਅੱਜ ਜ਼ਿਆਦਾ ਗਰਮੀ ਹੈ।
ਪਰਸੋਂ ਜਦੋਂ ਮੇਰਾ ਬਲੌਗ ਆਇਆ ਕਾਫੀ ਮੈਨੂੰ ਮੈਸੇਜ ਆ ਰਹੇ ਸੀ ਸਾਡੇ ਵੱਲ ਹਨੇਰੀ ਆ ਗਈ, ਜਲੰਧਰ ਹਨੇਰੀ ਆ ਗਈ, ਉਹ ਵਾਲੀ ਹਨੇਰੀ ਸਾਡੇ ਵੱਲ ਆਈ ਸੀ 11 ਵਜੇ ਰਾਤ ਨੂੰ। ਖੰਡ ਤੇ ਚਾਹ ਪੱਤੀ ਹੁਣੀ ਲੈ ਕੇ ਆਏ ਨੇ ਚਾਹ ਪੱਤੀ, ਐਤਕੀ ਚਾਹ ਪੱਤੀ ਹੋਰ ਲਿਆਂਦੀ, ਪਤਾ ਮੈਨੂੰ ਐਸੀ ਵੀ ਪਈ ਹੈ ਚਾਹ ਪਈ ਹੈ, ਪਤਾ ਨਹੀਂ ਕਿਉਂ ਲੱਗ ਰਿਹਾ ਸੀ ਮੈਨੂੰ ਪਈ ਹੈ, ਪਰ ਜਦੋਂ ਮੈਨੂੰ ਕੱਲ੍ਹ ਸ਼ਾਮ ਨੂੰ ਮੈਂ ਡੱਬੇ 'ਚ ਥੋੜ੍ਹੀ ਚਾਹ ਰਹੀ ਮੈਂ ਪਾ ਦਾ ਚਾਹ ਨਾ ਲੱਗੇ ਅੱਗੇ ਖੜ੍ਹੇ ਪੈਰ ਮੰਗਵਾ ਲਓ। ਕੋਈ ਨਵੀਂ ਵੀ ਲਿਆਂਦੀ ਹੈ ਇਲਾਇਚੀ ਵਾਲੀ ਚਾਹ, ਖੁਸ਼ਬੂ ਤਾਂ ਬਹੁਤ ਸੋਹਣੀ ਆਉਂਦੀ ਹੈ ਇਲਾਇਚੀ ਦੀ, ਪਤਾ ਨਹੀਂ ਇਲਾਇਚੀ ਕਿੰਨੀ ਕੁ ਹੈਗੀ ਹੈ ਕਿੰਨੀ ਕੁ ਨਾ, ਪਰ ਖੁਸ਼ਬੂ ਬਹੁਤ ਸੋਹਣੀ ਆਉਂਦੀ ਹੈ। ਪਹਿਲੀ ਵਾਰ ਲਿਆਂਦੀ ਅਸੀਂ ਕਦੇ ਲਿਆਂਦੀ, ਗਰਮੀ ਸੀ ਜਿਵੇਂ ਆਪਣੀ ਪਸੀਨੇ ਦੀ ਜਿਹੜੀ ਗਰਮੀ ਨਹੀਂ ਹੁੰਦੀ ਉਵੇਂ ਦੀ ਗਰਮੀ ਹੈ, ਤੇ ਹੋਰ ਹਿਸਾਬ ਦੇ ਬਸ ਇਹਨਾਂ ਦੇ ਭੱਜੀ ਕੇ ਅੰਦਰ ਵੜ ਜਾਈਏ, ਭੱਜੀ ਕੇ ਅੰਦਰ ਵੜ ਜਾਈਏ, ਹੁਣ ਸਾਨੂੰ ਸੌਖਾ ਹੋ ਜੂਗਾ ਜਦੋਂ ਲੈਂਟਰ ਪੈ ਗਿਆ, ਪਤਾ ਉਂ ਵੀ ਇਹਦੀ ਛਾਂ ਰਹਿਣ ਲੱਗ ਜੂਗੀ, ਨਹੀਂ ਲੈਂਟਰ ਨਾ ਛੱਤ ਨਾ ਹੋਣ ਕਰਕੇ ਪੂਰਾ ਦਿਨ ਇੱਥੇ ਵਿਹੜੇ 'ਚ ਧੁੱਪੀ ਰਹਿੰਦੀ ਸੀ, ਕਿਤੇ ਛਾਂ ਨਹੀਂ ਸੀ ਬੈਠਣ, ਜਦੋਂ ਲੈਂਟਰ ਪੈ ਜਾਂਦਾ ਫਿਰ ਆਲਾ ਲੈਂਟਰ ਥੱਲੇ ਮੈਂ ਜਮ ਜੜਾ ਕੇ ਬਿਨ ਝੱਟ ਬੈਠ ਜਾਂਦਾ ਧੁੱਪ ਤੋਂ ਬਚ ਜਾਂਦਾ। ਮੈਨੂੰ ਤਾਂ ਪਤਾ ਨਹੀਂ ਦੋ ਨੇ ਕਿ ਚਾਰ ਨੇ ਉੱਪਰ ਨੇ, ਆ ਮੈਂ ਚਾਹ ਬਣਾਉਣੀ ਹੈ ਮਿਸਤਰੀ ਨੂੰ, ਮੈਂ ਫਿਰ ਪੁੱਛਦੀ ਹਾਂ ਕਹਿ ਜਾਣੀ। ਹਾਂ ਰੋਟੀ ਖਾਂਦੇ ਹਾਂ ਬਸ ਨੇ ਖਾਤੇ ਹੁੰਦੇ, ਮੈਂ ਪੁੱਛਦੀ ਹਾਂ ਕਹਿੰਦੇ ਹੁੰਦੇ ਇਹ ਵੱਧ ਜਾਣੇ ਆ ਜਾਣਾ, ਬਸ ਸਾਡੀ ਕਿਉਂਕਿ ਜੀ ਸਾਡੀ ਰੋਟੀ ਦੇ ਨਾਲ ਤਿੰਨਾਂ ਦੀ ਰੋਟੀ ਤਾਂ ਮੇਲ ਨਹੀਂ, ਅਸੀਂ ਤਾਂ ਰੋਟੀ ਖਾਂਦੇ ਹਾਂ 2:30-2:30 ਵਜੇ ਹੈ ਨਾ, ਇਹ ਸੁਨੇਹਾ ਰੋਟੀ ਖਾ ਕੇ ਆਉਂਦੇ ਨੇ ਫਿਰ ਆਲਾ ਆਪਦੇ ਕੰਮ 'ਤੇ ਲੱਗ ਜਾਂਦਾ ਹੈਗਾ, ਇਹ ਤਾਂ ਰੋਟੀ 12:30 ਵਜੇ ਖਾ ਲਈ, ਸਬਜ਼ੀ ਬਣਾਈ ਸੀ ਕਾਲੇ ਛੋਲਿਆਂ ਦੀ ਉਹ ਪਈ। ਹੁਣ ਮੈਨੂੰ ਆਦਤ ਪਈ ਹੋਈ ਹੈ ਥੋੜ੍ਹੀ ਮੋਟੀ ਮੈਂ ਵੱਧ ਹੀ ਰੱਖਦੀ ਹਾਂ ਸਬਜ਼ੀ ਬਣਾ ਕੇ, ਕਿਉਂਕਿ ਮੈਨੂੰ ਪਤਾ ਜੀ ਕਦੇ ਟੂਟੀਆਂ ਵਾਲਾ ਆ ਗਿਆ ਹੈ ਨਾ, ਜਿਵੇਂ ਜਿਹੜੀ ਬਿਜਲੀ ਦੀ ਫਿਟਿੰਗ ਕਰਨਗੇ ਉਹ ਹੋ ਗਏ, ਸਰੀ ਵਾਲੇ ਹੋ ਗਏ, ਇਹਨਾਂ ਦੀ ਰੋਟੀ ਹੋ ਜਾਂਦੀ ਹੈ, ਇੱਕ ਮਿਸਤਰੀ ਮੈਨੂੰ ਤਾਂ ਉਹਦੀ ਰੋਟੀ ਹੁੰਦੀ ਹੈ, ਉਹ ਲੈ ਕੇ ਨਹੀਂ ਆਉਂਦਾ ਤਾਂ ਮਿਸਤਰੀ ਪੈਂਦੇ ਹੈਗੀ ਹੈ, ਬਾਕੀ ਤਾਂ ਠੇਕੇ ਵਾਲੀ ਆਪਦੀ ਰੋਟੀ ਹੁੰਦੀ।
ਉਬਾਲ ਕੇ ਰੱਖ ਲੈਂਦੇ ਹਾਂ, ਅੱਜ ਪਤਾ ਨਹੀਂ ਇਹੋ ਜਿਹੀ ਘੋਲ ਹੋਈ, ਦੁੱਧ ਨਹੀਂ ਉਬਾਲ ਕੇ ਰੱਖਿਆ, ਕਦੇ ਕਦੇ ਘੋਲ ਹੋ ਜਾਂਦੀ। ਕੰਮ ਤੜਕੀ ਸੁਨੇਹੀ ਹੈ ਨਾ, ਉਹ ਚਾਚਾ ਜੀ ਆ ਗਏ ਜਿਨ੍ਹਾਂ ਨੇ ਕਹਿਣ ਜਾਣਾ ਸੀ, ਬਸ ਉਹ ਫਿਰ ਆਈ। ਤੁਹਾਨੂੰ ਪਤਾ ਮੀਆਂ ਬੀਬੀ ਅਸੀਂ ਬੈਠੇ ਗੱਲਾਂ ਕਰਨ, ਸਲਾਹ ਮਸ਼ਵਰਾ ਕਰਦੇ, ਉਹਨੂੰ ਟਾਈਮ ਲੱਗ ਗਿਆ ਉੱਥੇ, ਕੀ ਕਰਨਾ ਕੀ ਕਿੱਥੇ ਚਲੇ ਗਏ ਮਾਸਟਰ ਜੀ, ਜੇ ਤਾਂ ਦੁਬਾਰੀ ਨਾਲ ਬਾਜ਼ਾਰ ਵਰਗੇ ਹੁਣ ਇੱਕ ਵਾਰੀ ਮੈਨੂੰ ਚਾਹ ਬਣਾ ਕੇ। ਲੋ ਭਈਆ ਚਾਹ ਪੀ ਲਓ, ਆ ਚਾਹ ਪਈ ਜੀ, ਸਾਰਿਆਂ ਨੂੰ ਬੋਲ ਮਾਰ ਦਿਓ, ਚਾਹ ਪੀ ਲਓ ਮਿਸਤਰੀ ਜੀ। ਲੋ ਜੀ ਚਾਹ ਆਪਾਂ ਫੜਾ ਦਿੱਤੀ, ਮੈਂ ਦੁੱਧ ਗਰਮ ਵੀ ਕਰ ਲਾਂ, ਖਰਾਬ ਖਰੂਬ ਨਾ ਹੋ ਜਾਏ ਕਿਤੇ, ਕਿੰਨੀ ਚ ਪਿਆ ਹੈਗਾ ਤੱਕ ਗਰਮ ਕਰ ਲੈਂਦੇ ਹਾਂ ਜਿਹੜਾ, ਕਿਉਂਕਿ ਕੱਲ੍ਹ ਹੀ ਸਵੇਰ ਤੱਕ ਵਰਤਣਾ ਹੁੰਦਾ ਹੈ ਨਾ, ਜੇ ਖਰਾਬ ਹੋ ਗਿਆ ਫਿਰ ਔਖਾ ਹੋ ਜਾਊਗਾ। ਚਾਹ ਚੂ ਸਾਰੀ
ਸਾਰਿਆਂ ਨੇ ਪੀ ਲਈ ਆ, ਬੈਠ ਗਿਆ ਸਾਡੇ ਨਾਲ ਸਾਰੇ ਟੱਬਰ ਦੀਆਂ ਚੱਪਲਾਂ ਟੁੱਟੀਆਂ ਪਈਆਂ, ਇੱਕਦਮ ਚੱਪਲਾਂ ਟੁੱਟ ਗਈਆਂ ਮੇਰੀਆਂ ਤਾਂ ਮਨਵੀਰ ਨੇ ਲਿਆਤੀਆਂ ਸੀ, ਮੈਂ ਇੱਕ ਮੇਰੇ ਕੋਲ ਸੈਂਡਲ ਨਹੀਂ, ਮੈਂ ਮਾੜੀਆਂ ਮੋਟੀਆਂ ਬਾਜ਼ਾਰ 'ਚ ਜਾਣ ਨੂੰ ਕੋਈ ਹੋਰ ਚੱਪਲ ਨਹੀਂ ਹੈਗੀ, ਗੁਰਲੀਨ ਦੀਆਂ ਚੱਪਲਾਂ ਟੁੱਟ ਗਈਆਂ, ਰਿਪਨ ਦੀਆਂ ਚੱਪਲਾਂ ਟੁੱਟ ਗਈਆਂ, ਮਨਵੀਰ ਦੀਆਂ ਚੱਪ ਮਨਵੀਰ ਕੋਲ ਤਾਂ ਹੈਗੀਆਂ ਚੱਪਲਾਂ, ਕੀ ਲਿਆਉਣਾ ਮਨਵੀਰ ਤੇਰਾ ਸਕੂਲ, ਮਰ ਜੇ ਉਹਨੂੰ ਸਕੂਲ ਉੱਥੇ ਜਾਣ ਨੂੰ ਸਲੂਨ ਦੇ ਵਿੱਚ ਜਾਣ ਨੂੰ, ਰਕਾਬੀ ਨੂੰ ਕਿਹਾ ਨੋਰਮਲ ਚੱਪਲ ਲੈ ਲੈ ਅਤੇ ਉਹ ਹੁਣ ਗੁਰਲੀਨ ਕਹਿੰਦੀ ਮੰਮੀ ਚੱਲੀਏ, ਮਾਸਟਰ ਜੀ ਪਤਾ ਕੀ ਕਹਿ ਰਹੇ ਨੇ, ਕੀ ਕਹਿ ਰਹੇ ਸੀ, 23 ਮਿੰਟ ਰਹਿੰਦੇ ਨੇ ਮੋਹਾਲੀ, ਕਹਿੰਦੇ 12 ਵੱਜਣ 'ਚ ਹਜੇ 23 ਮਿੰਟ ਪਏ ਨੇ, ਖੜ੍ਹ ਜਾਓ ਫਿਰ ਤੁਰਿਓ, ਇੱਕ ਤਾਂ ਅੱਜ ਧੁੱਪ ਬਹੁਤ ਜ਼ਿਆਦਾ ਹੈਗੀ। ਤੁਸੀਂ ਦੱਸਿਓ ਜੀ ਤੁਹਾਡੇ ਵੱਲ ਇਹ ਕਹਾਵਤ ਹੈਗੀ ਹੈ ਵੀ ਜਵੰਦਿਆਂ ਨੂੰ 12 ਵਜੇ ਤੋਂ ਬਾਅਦ ਅਕਲ ਆਉਂਦੀ ਹੈ, ਸਾਡੇ ਵੱਲ ਐਂ ਕਹਿੰਦੇ ਨੇ ਵੀ ਜਵੰਦਿਆਂ ਨੂੰ 12 ਵਜੇ ਤੋਂ ਬਾਅਦ ਅਕਲ ਆਉਂਦੀ ਹੈ। ਸੱਚੀ ਉਹ ਮੈਂ ਦੇਖਦੀ ਹੁੰਦੀ ਹੈ ਨਾ ਜਦੋਂ ਆਉਂਦੇ ਸਾਡਾ ਵਿਆਹ ਹੋਇਆ ਹੋਇਆ, ਇਹ ਬੈਠੇ ਰਹਿੰਦੇ ਆਪਦਾ ਕੰਮ ਕਰੀ ਜਾਂਦੇ, ਰੈਸਟ ਕਰ ਲੈਂਦੇ, ਜਦੋਂ 12 ਵੱਜ ਜਾਂਦੇ ਉਦੋਂ ਕਹਿੰਦੇ ਚਲੇ ਜਾ ਬਾਜ਼ਾਰ ਤੋਂ ਆਪਾਂ ਕੰਮ ਨਾ ਕਰਿਆ ਜੀ, ਸੱਚੀ 12 ਵਜੇ ਦਿਨ ਤੁਰਦੇ ਜਦੋਂ ਕਿਤੇ ਜਾਣਾ ਹੁੰਦਾ, ਉਹੀ ਕੰਮ ਮੈਂ ਹੁਣ ਇੰਨਾ ਵਰਗੀ ਹੋ ਗਈ ਉੱਥੇ ਆ ਕੇ, ਧੁੱਪ ਵਾਲੀ ਆਪਾਂ ਮੈਂ ਬੁਟੀਕ ਦਾ ਕੰਮ ਕਰ ਲੈਂਦੇ ਹਾਂ, ਕੋਈ ਫਿਰ ਦੇਖ ਲਾ ਗਿੰਨੇ ਪੁੱਤੋਂ ਲਾਈ ਚੱਲੀ ਦਾ ਜਾਂਦਾ ਏ ਸੀ ਇੱਕ ਬੰਦਾ, ਹਵਾ ਤਾਂ ਠੰਡੀ ਮਾਰੀ ਜਾਂਦੇ ਨੇ ਪੱਖੇ, ਰਿਪਨ ਤੂੰ ਨਾ ਆਇਆ ਪੁੱਤ, ਲਓ ਜੀ ਦੁਪੱਟੇ ਬੰਨ ਕੇ ਆਪਾਂ ਚੱਲੀਏ, ਲੈ ਕੁੜੀਆਂ ਲਿਫਾਫਾ ਖੋਲੋ ਭਾਈ ਦੁਪੱਟੇ ਬੰਨੀਏ, ਆਪਣੇ ਕਰੀਏ ਕੱਪੜੇ ਇੱਕ ਸਾਈਡ ਤੇ, ਬਹੁਤ ਬੁਰਾ ਹਾਲ ਹੋਇਆ ਇਹ ਸੂਟ ਜਿਹੜੇ ਕੱਲ ਸਿਲਾਈ ਹੋ ਕੇ ਆਏ ਸੀ, ਤੁਹਾਨੂੰ ਵੀਡੀਓ ਦਿਖਾਈ ਨੀ, ਸੂਟ ਸਿਲਾਈ ਹੋ ਕੇ ਆਏ ਨੇ ਜਿਨ੍ਹਾਂ ਨਾਲ ਦੁਪੱਟੇ ਨੀ ਹੈਗੇ ਸੀ, ਹੁਣ ਸਾਰਿਆਂ ਨਾਲ ਦੁਪੱਟੇ ਬੰਨੇ ਨੇ, ਦੇਖੋ ਐਸੀ ਹਾਲਤ ਹੈ, ਮਹਾਰਾਣੀ ਵਿਕਟੋਰੀਆ, ਮਹਾਰਾਣੀ ਜੀ ਤੂੰ ਐ ਕਹਿ ਕਹਿ ਮੈਨੂੰ ਪੈਣ ਨੂੰ ਥਾਂ ਨੀ ਹੈਗਾ, ਮੈਂ ਤਾਂ ਬੈਠੀ ਹਾਂ, ਜੱਸੀ ਲੈ ਪਾ ਬਈ ਕੋਈ ਸਸਤੇ ਦੇ ਲਿਫਾਫੇ ਚ ਕੱਪੜੇ, ਹੁਣ ਤਾਂ ਉਹ ਤੋਂ ਲੈਂਟਰ ਤੋਂ ਬਾਅਦ ਹੀ ਪਾਰਸਲ ਨਿਕਲੂਗਾ, ਹਾਂ ਆ ਰਹਿ ਗਿਆ ਬਚਾ ਲੋ, ਆ ਬਚਾ ਲੋ ਕਮਰੇ ਗਿਆ, ਲਓ ਜੀ ਇਹ ਆਪਾਂ ਤੁਹਾਨੂੰ ਕੋਠੇ ਤੋਂ ਵਿਊ ਦਿਖਾ ਦਿੰਦੇ ਹਾਂਗੇ, ਕਾਫੀ ਭੈਣ ਭਾਈ ਕਹਿੰਦੇ ਨੇ ਕੋਠੇ ਤੋਂ ਵਿਊ ਨੂੰ ਦਿਖਾਇਆ ਸਾਨੂੰ, ਜਾਂ ਕੈਮਰਾ ਤੇਜ਼ ਹੈ, ਕਈ ਪਰ ਨਾ ਵੀਡੀਓ ਸ਼ੂਟ ਕਰਦਾ ਹੁੰਦਾ ਮਿਸਤਰੀਆਂ ਕੋਲੇ ਜਾ ਕੇ ਇਹ, ਕਈ ਪਰ ਇਹਨਾਂ ਕੈਮਰੇ ਨੂੰ ਬਹੁਤ ਜ਼ਿਆਦਾ ਤੇਜ਼ ਘੁਮਾ ਦਿੰਦਾ ਹੈਗਾ, ਇਹ ਉੱਪਰ ਨੇ ਜਿਹੜੀਆਂ ਇਹ ਕੀ ਬੋਲਦੇ ਨੇ ਇਹਨੂੰ ਪਲੇਟਾਂ, ਪਲੇਟਾਂ ਆਪਣੀਆਂ ਟਿੱਕ ਗਈਆਂ ਨੇ ਅਤੇ ਥੋੜ੍ਹੀ ਜਿਹੀ ਜਗ੍ਹਾ ਰਹਿੰਦੀ ਹੈ, ਬਸ ਇਸ ਤੋਂ ਬਾਅਦ ਬੀਮ ਵਗੈਰਾ ਦਾ ਕੰਮ ਚੱਲੂਗਾ ਜੀ, ਕਾਫੀ ਜ਼ਿਆਦਾ ਕੰਮ ਹੋ ਜਾਂਦਾ ਹੈ ਨਾ ਲੈਂਟਰ ਵਾਲਾ ਵੀ, ਅਤੇ ਤੁਸੀਂ ਉੱਪਰੋਂ ਦੇਖ ਲਓ ਕਾਫੀ ਜ਼ਿਆਦਾ ਏਰੀਆ ਹੋ ਗਿਆ, ਅਤੇ ਇੱਕ ਮੈਨੂੰ ਜ਼ਿਆਦਾ ਕਮੈਂਟ ਆ ਰਿਹਾ ਵੀ ਤੁਹਾਡਾ ਏਰੀਆ ਕਿੰਨਾ ਆਪਣਾ ਲੈਂਟਰ ਪੈ ਜਾਣ ਦਿਓ, ਪਹਿਲਾਂ ਏਰੀਆ ਸਾਡਾ ਘੱਟ ਤੀ ਪਤਾ ਨਹੀਂ ਕਿਵੇਂ ਬਾਅਦ ਦੇ ਵਿੱਚ ਜ਼ਿਆਦਾ ਹੋ ਗਿਆ, ਇਹ ਫਿਰ ਆਪਾਂ ਤੁਹਾਨੂੰ ਮਿਣ ਕੇ ਦੱਸਾਂਗੇ ਤੁਹਾਡੇ ਸਾਹਮਣੇ ਫੀਤੇ ਦੇ ਨਾਲ ਵੀ ਇੱਧਰ ਨੂੰ ਕਿੰਨਾ ਹੈਗਾ, ਕਿੱਧਰ ਨੂੰ ਕਿੰਨਾ ਹੈਗਾ, ਠੀਕ ਹੈ, ਅਤੇ ਕਾਫੀ ਜ਼ਿਆਦਾ ਹੋ ਗਿਆ ਏਰੀਆ ਜੀ, ਕਿਉਂਕਿ ਸਾਡੀ ਲੌਬੀ ਆ ਜਿਹੜੀ ਉਹ ਵੀ ਵੱਡੀ ਆ, ਰੂਮ ਵੀ ਵੱਡੇ ਨੇ, ਹੈ ਨਾ, ਖੁੱਲ੍ਹੇ ਰੂਮ ਬਣਾਏ ਨੇ ਸਾਰੇ, ਇਸ ਕਰਕੇ ਏਰੀਆ ਜਿਹੜਾ ਕਾਫੀ ਜ਼ਿਆਦਾ ਹੋ ਗਿਆ, ਬਾਕੀ ਤੁਸੀਂ ਦੇਖ ਸਕਦੇ ਹੋਗੇ, ਬਸ ਆਪਣੇ ਲੈਂਟਰ ਦੀਆਂ ਤਿਆਰੀਆਂ ਹੀ ਨੇ ਹੁਣ, ਚਲੋ ਜੀ ਐਂਬਰ ਚੱਕਰ ਹੀ ਛੋਟੀ।
ਕੀ ਵੱਢਣਾ? ਕੀ ਆ ਬੀਮ ਦਾ ਨਾਮਾ ਪੈ ਜੂਗਾ ਇਹਦਾ? ਚੜਾਓ ਹੋ ਜਾ, ਚੜਾਓ ਹੋ ਜਾ ਬਸ। ਛੈਣੀ ਥੋੜਾ ਨਹੀਂ ਉਤਰਦਾ? ਨਾ ਨਾ, ਇੱਥੇ ਕਿ ਮੈਂ ਚੱਲੂ ਵਿੱਚ ਛੈਣੀ ਥੋੜਾ। ਉਹ ਐ ਦੱਬਣੀ ਆ, ਦਾਪੀ ਵੜ ਦੂਗੀ। ਬੜਾ ਬਣੀ ਯਾਦ ਕਰਾ ਦਿਆ। ਓਕੇ ਦੀ ਬਣਾ ਯਾਰ, ਹੁਣ ਦੇ ਲਾ ਫਸਲ ਕਿਤਾ ਕਰ। ਚਲੋ ਬਣਾ ਦੇ, ਮੇਰੀ ਵੀ ਬਣਾ ਦੇ। ਆ ਲੋ ਆ ਵੀ ਝੰਡਾ ਅਮਲੀ ਯਾਰ ਹੈ। ਲੱਗ ਗਿਆ, ਭੁੱਲ ਗਿਆ। ਆ ਵੀ ਖੜਾ ਰਹੂ, ਖਾਲੀ ਤਾਂ ਰਹੂ। ਹੁਣ ਸਿੱਧੀ ਕਿਵੇਂ ਚੜੂਗੀ? ਇੱਥੋਂ ਪੌੜੀ ਚੜ ਕੇ ਉਹਨੂੰ ਐਂ ਸਟੈਪ ਵੱਡੇ ਹੋਣਗੇ। ਪੌੜੀ ਨਹੀਂ ਰਹਿ ਗਿਆ ਕਿਤੇ, ਮੈਂ ਗੱਲ ਕਰਦਾ। ਕੱਟ ਵੱਡਾ ਤਾਂ ਨਹੀਂ ਬੋਡੀ ਦੇ ਸਟੈਪ ਛੋਟੇ ਛੋਟੇ ਰੱਖਾਂਗੇ ਆਪਾਂ। ਲਓ ਜੀ, ਆਪਾਂ ਜਾ ਆਈਏ ਬਾਜ਼ਾਰ। ਟਾਈਮ ਕਾਫੀ ਜ਼ਿਆਦਾ ਹੋ ਗਿਆ, 4 ਵਜੇ ਪਏ ਨੇ ਅਤੇ ਬਾਜ਼ਾਰ ਹੁਣ ਜਾਣਾ ਹੀ ਪਊਗਾ, ਮਜਬੂਰੀ ਹੈ, ਪਾਰਸਲ ਲਾਉਣ ਜਾਣਾ। ਅਤੇ ਜੀ ਅੱਜ ਸਾਥੋਂ ਜਿੰਨੇ ਪਾਰਸਲ ਲੱਗ ਗਏ ਲੱਗ ਗਏ ਜੀ, ਉਸ ਤੋਂ ਬਾਅਦ ਕੱਲ੍ਹ ਨੂੰ ਸਾਡੇ ਤੋਂ ਪਾਰਸਲ ਨਹੀਂ ਲੱਗਣੇ, ਫਿਰ ਪਰਸੋਂ ਨੂੰ ਵੀ ਨਹੀਂ ਲੱਗਣੇ ਹੈਗੇ। ਇਸ ਕਰਕੇ ਆਪਾਂ ਅੱਜ ਪਾਰਸਲ ਲਾ ਕੇ ਆਉਂਦੇ ਹਾਂ। ਸੋਰੀ ਜੀ ਜਿਨ੍ਹਾਂ ਦੇ ਥੋੜ੍ਹੇ ਜਿਹੇ ਲੇਟ ਹੋ ਜਾਣਗੇ। ਇੱਕ ਤਾਂ ਇੰਨੀ ਜ਼ਿਆਦਾ ਅੱਗ ਵਰਸਦੀ ਹੈ, ਜਮੀ ਨਹੀਂ ਜੀ ਕਰਦਾ ਬਾਹਰ ਨਿਕਲਣ ਨੂੰ। ਇੱਕ ਤਾਂ ਜਦੋਂ ਇੰਨੀ ਜ਼ਿਆਦਾ ਗਰਮੀ ਪੈਂਦੀ ਹੁੰਦੀ ਹੈ, ਅਤੇ ਇੱਕ ਜਦੋਂ ਬਹੁਤ ਜ਼ਿਆਦਾ ਧੁੰਦਾਂ ਪੈਂਦੀਆਂ ਨੇ, ਉਦੋਂ ਤਾਂ ਲੱਗਦਾ ਵੀ ਇਹ ਕੰਮ ਜਮਾਂ ਨਾ ਬੰਦਾ ਕੋਈ ਕਰੇ। ਹਾਏ ਹਾਏ, ਮਰਨ ਵਾਲੇ ਹੋ ਜਾਂਦੇ ਹਾਂ। ਉਂਝ ਜੀ ਦੇਖੋ ਨਾਲੇ, ਹੈ ਨਾ, ਟੇਲਰ ਸਾਡੇ ਤੋਂ ਘਰੋਂ ਕੱਪੜੇ ਲੈ ਕੇ ਜਾਂਦੇ ਨੇ, ਘਰ ਦੇ ਕੇ ਜਾਂਦੇ ਨੇ, ਵਰਕਰ ਘਰ ਕੱਪੜੇ ਲੈ ਕੇ ਜਾਂਦੇ ਨੇ, ਘਰ ਦੇ ਕੇ ਜਾਂਦੇ ਨੇ, ਡਾਇਰ ਵੀ ਕਾਫੀ ਹੱਦ ਤੱਕ ਸਾਡੇ ਤੋਂ ਦੁਪੱਟੇ ਵਗੈਰਾ ਸੂਟ ਵਗੈਰਾ ਡਾਈ ਵਾਲੇ ਘਰੋਂ ਲੈ ਕੇ ਜਾਂਦਾ, ਘਰ ਦੇ ਕੇ ਜਾਂਦਾ। ਪਰ ਫਿਰ ਵੀ ਜਿਵੇਂ ਇੱਕ ਅੱਧਾ ਸੂਟ ਕੋਈ ਐਮਰਜੈਂਸੀ ਨਿਕਲਿਆ, ਇੱਕ ਅੱਧਾ ਦੁਪੱਟਾ ਕੋਈ ਡਾਈ ਕਰਵਾਉਣਾ, ਜਾਂ ਘਰ ਦੇ ਵਿੱਚ ਕੋਈ ਲੇਸ ਨਹੀਂ ਮਿਲੀ ਹੈਗੀ, ਜਾਂ ਕੋਈ ਐਮਰਜੈਂਸੀ ਸੂਟ ਸਿਲਾਈ ਕਰਾਉਣਾ, ਜਾਂ ਕੋਈ ਹੈ ਨਾ ਥਾਨ ਘੱਟ ਗਿਆ ਉਹ ਲੈ ਕੇ ਆਉਣਾ, ਪਾਰਸਲ ਲਾਉਣੇ ਨੇ, ਇਹੋ ਜਿਹੇ ਕੰਮ ਕਰਨ ਵਾਸਤੇ ਸਾਨੂੰ ਬਾਜ਼ਾਰ 'ਚ ਜਾਣਾ ਪੈਂਦਾ। ਬਹੁਤ ਜ਼ਿਆਦਾ ਔਖਾ ਜੀ, ਬਹੁਤ। ਜਦੋਂ ਐਵੇਂ ਹੁੰਦਾ ਨਾ, ਉਦੋਂ ਲੱਗਦਾ ਵੀ ਜਮੀ ਨਾ ਜਾਓ ਬਾਜ਼ਾਰ, ਹੱਸ ਘਰ ਬੈਠੇ ਰਹੋ। ਅਤੇ ਧੁੱਪ ਵਾਲੀ ਪੈਂਦੀ ਹੈ ਜੀ, ਮੂੰਹ ਮੱਚਦਾ ਹੈਗਾ, ਗਰਮੀ ਬਹੁਤ ਜ਼ਿਆਦਾ ਪੈਂਦੀ ਹੈ। ਅੱਜ ਤਾਂ ਸਭ ਤੋਂ ਜ਼ਿਆਦਾ ਧੁੱਪ ਲੱਗ ਰਹੀ ਹੈ। ਬਾਕੀ ਅਸੀਂ ਪਿੰਡ 'ਚ ਜਾਣਾ ਗਾ, ਮਾੜਾ ਮੋਟਾ ਮੈਂ ਕਹਿ ਕੇ ਆਊਂਗੀ ਜਿੱਥੇ ਵੀ ਸਾਡਾ ਮੂੰਹ ਮੱਥਾ ਲੱਗਦਾ, ਹੈ ਨਾ। ਬਾਕੀ ਆਪਣੇ ਲਾਗੀ ਕਿਹਾ ਆ, ਜਿੱਥੇ ਅਸੀਂ ਜੇ ਕਹਿਣਾ ਉੱਥੇ ਅਸੀਂ ਕਹਿ ਕੇ ਆਵਾਂਗੇ। ਚਲੋ ਠੀਕ ਆ ਜੀ, ਆਪਾਂ ਜਿਹੜੇ ਬਲੌਗ ਦਾ ਐਂਡ ਇੱਥੇ ਕਰਦੇ ਹਾਂ। ਅਸੀਂ ਜਾ ਆਈਏ ਬਾਜ਼ਾਰ, ਠੀਕ ਹੈ? ਚਾਹ ਪਿਆ ਦੇਂਗੀ ਸਰ ਜੀ? ਅਸੀਂ ਤਾਂ ਚਾਹ ਪਿਆਉਣ ਦੀ, ਮੈਂ ਡਰ ਗਈ ਕਹਿੰਦੀ ਸਰ ਜੀ ਬਸ ਸਿਆਣੀ ਹੈ, ਕਹਿੰਦੀ ਮੈਨੂੰ ਪਤਾ ਤੁਹਾਡੇ ਕੰਮਾਂ ਦਾ। ਚੱਲ ਤੇਰੀ ਮੰਮੀ ਨੂੰ ਕਹਿ ਦੀ ਵੀ ਸਾਰੇ ਟੱਬਰ ਨੂੰ ਕਿਹਾ ਆ ਜਾਓ। ਚਲੋ ਠੀਕ ਹੈ ਜੀ, ਆਪਾਂ ਅੱਜ ਵਾਲੇ ਵਲੋਗ ਦਾ ਐਂਡ ਇੱਥੇ ਕਰਦੇ ਹਾਂ, ਕੱਲ੍ਹ ਨੂੰ ਨਵੇਂ ਵਲੋਗ ਨਾਲ ਮਿਲਦੇ ਹਾਂ, ਠੀਕ ਹੈ? ਠੀਕ ਹੈ ਜੀ, ਮਿਲਦੇ ਹਾਂ ਕੱਲ੍ਹ ਨੂੰ ਨਵੇਂ ਵਲੋਗ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।